ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਸਵੇਰ ਵੇਲੇ ਦਾ ਵਿਸ਼ੇਸ਼ ਬੁਲੇਟਨ ਲੈ ਕੇ ਹਾਜ਼ਰ ਹਾਂ ਜੀ ਇਸ ਵੀਡੀਓ ਦੇ ਵਿੱਚ ਸੂਬੇ ਪੰਜਾਬ ਦੀ ਹਰ ਨਿੱਕੀ ਅਤੇ ਵੱਡੀ ਖਬਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਜੀ ਤੁਹਾਨੂੰ ਬੇਨਤੀ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਦੇ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਜਰੂਰ ਨਾ ਪੋ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਸੂਚਨਾ ਸਭ ਤੋਂ ਪਹਿਲਾਂ ਮਿਲ ਸਕੇ ਸ਼ੁਰੂਆਤ ਕਰਦੇ ਹਾਂ ਜੀ ਲੁਧਿਆਣਾ ਚ ਕੋਰੋਨਾ ਬਲਾਸਟ 39 ਨਵੇਂ ਪੋਜ਼ਿਟਿਵ ਮਾਮਲੇ ਆਏ ਲੁਧਿਆਣਾ ਦੇ ਵਿੱਚ ਕੋਰੋਨਾ ਦੇ ਮਾਮਲੇ ਦਿਨ ਬਾ ਦਿਨ ਵਧਦੇ ਜਾ ਰਹੇ ਹਨ ਲੁਧਿਆਣਾ ਦੇ ਵਿੱਚ ਲਗਾਤਾਰ ਅਜ ਤੀਸਰੇ ਦਿਨ 30 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ ਜੀ ਲੁਧਿਆਣਾ ਚ ਕੋਰੋਨਾ ਦੇ 39 ਮਾਮਲੇ ਸਾਹਮਣੇ ਆਏ ਹਨ 1042 ਵਿਅਕਤੀਆਂ ਦੀ ਰਿਪੋਰਟ ਅੱਜ ਭੇਜੀ ਗਈ ਸੀ ਜਿਨ੍ਹਾਂ ਦੇ ਵਿੱਚੋਂ 1006 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ 39 ਵਿਅਕਤੀਆਂ ਦੀ ਰਿਪੋਰਟ ਪੋਜ਼ੀਟਿਵ ਆਈ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਕਰੋਨਾ ਤੋਂ ਸੰਕਰਮਿਤ ਟੈਸਟ ਰਿਪੋਰਟ ਆਈ ਪੋਜ਼ੀਟਿਵ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀ ਕਰੋਨਾ ਰਿਪੋਰਟ ਪੋਜ਼ੀਟਿਵ ਆਈ ਹੈ ਜੀ ਉਹਨਾਂ ਨੂੰ ਕਰੋਨਾ ਵਾਇਰਸ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਦੱਸੀ ਗਈ ਹੈ 16 ਜੂਨ ਨੂੰ ਉਹਨਾਂ ਦੀ ਰਿਪੋਰਟ 네ਗੇਟਿਵ ਆਈ ਗਈ ਸੀ ਦੱਸਿਆ ਡਾਕਟਰਾਂ ਨੇ ਦੱਸਿਆ ਕਿ ਫਿਲਹਾਲ ਉਸ ਦੀ ਹਾਲਤ ਸਥਿਰ ਹੈ ਹਾਲਾਂਕਿ ਉਹਨਾਂ ਨੂੰ ਅਜੇ ਬੁਖਾਰ ਸੀ ਤੇਜ਼ ਬੁਖਾਰ ਅਤੇ ਸਾਹ ਲੈਣ ਦੇ ਵਿੱਚ ਮੁਸ਼ਕਲ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਦੇ ਰਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਸਤੰਦਰ ਜੈਨ ਬਿਮਾਰ ਹੋਣ ਤੋਂ ਪਹਿਲਾਂ ਐਮ ਮੀਟਿੰਗਾਂ 'ਚ ਹੋਏ ਸੀ ਸ਼ਾਮਲ ਸੋ ਦਿੱਲੀ ਦੇ ਮੁੱਖ ਮੰਤਰੀ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਬਿਮਾਰ ਹੋਣ ਤੋਂ ਪਹਿਲਾਂ ਮਹੱਤਵਪੂਰਨ ਮੀਟਿੰਗਾਂ ਦੌਰਾਨ ਨਿਰੰਤਰ ਮੌਜੂਦ ਸਨ ਇਨ੍ਹਾਂ ਮੁਲਾਕਾਤਾਂ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਵੀ ਮੁਲਾਕਾਤ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਗੈਂਗਸਟਰ ਦਾ ਦਿਲ ਆਇਆ ਤਾਂ ਮਾਮੇ ਦੀ ਕੁੜੀ ਨੂੰ ਗਨ ਪੁਆਇੰਟ ਤੇ ਕੀਤਾ ਅਗਵਾ ਥਾਣਾ ਕੁੱਲਗੜੀ ਦੇ ਪਿੰਡ ਬੁੱਕਣ ਖਾਚੂ ਸਕੇ ਮਾਮੇ ਦੀ ਲੜਕੀ ਤੇ ਗੈਂਗਸਟਰ ਭਰਾ ਦਾ ਦਿਲ ਆ ਗਿਆ ਪਹਿਲਾਂ ਤਾਂ ਗੈਂਗਸਟਰ ਨੇ ਆਪਣੇ ਮਾਮੇ ਨੂੰ ਪਿਆਰ ਨਾਲ ਸਮਝਾਇਆ ਕਿ ਉਹ ਲੜਕੀ ਦਾ ਮਿਆਂ ਉਸਦੇ ਨਾਲ ਕਰ ਦੇਵੇ ਪਰ ਜਦੋਂ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਨੇ ਗੈਂਗਸਟਰ ਦੀ ਉਮਰ 40 ਸਾਲ ਹੋਣ ਦੀ ਗੱਲ ਕਹਿੰਦੇ ਹੋਏ ਇਤਰਾਜ਼ ਜਤਾਇਆ ਤਾਂ ਗੈਂਗਸਟਰ ਨੇ ਸਾਰੀਆਂ ਸਰਹੱਦਾਂ ਪਾਰ ਕਰਦੇ ਹੋਏ ਆਪਣੇ ਮਾਮੇ ਨੂੰ ਧਮਕੀਆਂ ਦਿੱਤੀਆਂ ਤੇ ਬੀਤੀ ਰਾਤ ਆਪਣੇ ਸਾਥੀਆਂ ਦੇ ਨਾਲ ਮਾਮੇ ਦੇ ਘਰ ਜਾ ਕੇ ਫਾਇਰਿੰਗ ਕਰਦੇ ਹੋਏ ਲੜਕੀ ਨੂੰ ਅਗਵਾ ਕਰਕੇ ਲੈ ਗਿਆ ਪੀੜਤ ਪਿਤਾ ਨੇ ਥਾਣੇ ਕੁਲਗੜੀ ਦੇ ਵਿੱਚ ਆਪਣੇ ਸੱਕੇ ਭਾਣ ਜੇ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਲਾਡੀ ਤੇ ਉਸ ਦੇ ਸਾਥੀ ਸ਼ੇਰਖਾਂ ਵਾਲਾ ਵਾਸੀ ਸ਼ਿਸ਼ੂ ਅਤੇ ਚਾਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪੀੜਤ ਦਾ ਦੋਸ਼ ਹੈ ਕਿ ਉਸ ਦੀ ਬੇਟਾ ਬੇਟੀ ਹਾਲੇ 16 ਸਾਲਾਂ ਦੀ ਹੈ ਤੇ ਗਰੀਬੀ ਦੀ ਹਾਲਤ ਹੋਣ ਦੇ ਕਾਰਨ ਉਸ ਨੂੰ 9ਵੀਂ ਜਮਾਤ ਤੋਂ ਬਾਅਦ ਸਕੂਲੋਂ ਹਟਾ ਲਿਆ ਸੀ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਗਲਵਾਨ ਘਾਟੀ ਦੇ ਸ਼ਹੀਦ ਪੰਜਾਬੀ ਜਵਾਨਾਂ ਦੇ ਪੀੜਤ ਪਰਿਵਾਰਾਂ ਲਈ ਕੈਪਟਨ ਨੇ ਮੁਆਵਜ਼ੇ ਦਾ ਕੀਤਾ ਐਲਾਨ ਉਸ ਤੋਂ ਪਹਿਲਾਂ ਇੱਕ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਉਹਨਾਂ ਸ਼ਹੀਦਾਂ ਦੇ ਵਾਸਤੇ ਜੇ ਤੁਸੀਂ ਉਹਨਾਂ ਪੰਜਾਬੀ ਸ਼ਹੀਦਾਂ ਨੂੰ ਪਿਆਰ ਕਰਦੇ ਹੋ ਦੇਸ਼ ਦੇ ਫੌਜੀਆ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਇਸ ਨੂੰ ਆਪਣੇ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਵੀ ਕਰੋ ਗਲ ਕਾਨ ਘਾਟੀ ਦੇ ਵਿੱਚ ਚੀਨੀ ਫੌਜੀਆ ਦੇ ਨਾਲ ਹੋਈ ਖੂਨੀ ਝੜਪ ਦੇ ਵਿੱਚ ਸ਼ਹੀਦ ਹੋਏ ਪੰਜਾਬ ਦੇ ਚਾਰ ਜਵਾਨਾਂ ਦੀ ਸ਼ਹੀਦੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਇਬ ਸੂਬੇਦਾਰ ਮਨਦੀਪ ਸਿੰਘ ਤੇ ਨਾਇਬ ਸੂਬੇਦਾਰ ਸਤਨਾਮ ਸਿੰਘ ਨੂੰ ਸਰਕਾਰ ਦੀ ਨੀਤੀ ਦੇ ਤਹਿਤ 12 ਲੱਖ ਰੁਪਏ ਮੁਆਵਜ਼ਾ ਤੇ ਉੱਥੇ ਹੀ ਸਿਪਾਹੀ ਗੁਰਤੇਜ ਸਿੰਘ ਤੇ ਸਿਪਾਹੀ ਗੁਰਬਿੰਦਰ ਸਿੰਘ ਨੂੰ 10-10 ਲੱਖ ਰੁਪਏ ਮੁਆਵਜ਼ਾ ਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਅਗਲੀ ਵੱਡੀ ਖਬਰ ਆ ਰਹੀ ਹੈ ਜੀ ਵਕਫ ਬੋਰਡ ਵੱਲੋਂ ਭਾਰਤੀ ਸਮਾਂ ਪੰਜਾਬੀ ਲਾਜ਼ਮੀ ਦੀ ਸ਼ਰਤ ਖਤਮ ਅਕਾਲੀ ਦਲ ਦੇ ਵੱਲੋਂ ਨਿੰਦਾ ਸੋ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਵਕਫ ਬੋਰਡ ਦੀ ਇਸ ਗੱਲ ਨੂੰ ਖੇਦੀ ਕੀਤੀ ਹੈ ਕਿ ਉਸ ਨੇ ਮਨਿਸਟਰੀਅਲ ਸਟਾਫ ਦੀ ਭਰਤੀ ਵੇਲੇ ਪੰਜਾਬੀ ਲਾਜ਼ਮੀ ਆਉਂਦੀ ਹੋਣ ਦੀ ਸ਼ਰਤ ਨੂੰ ਖਤਮ ਕਰਕੇ ਪੰਜਾਬੀ ਵਿਰੋਧੀ ਫੈਸਲਾ ਲੈਂਦੇ ਆ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮਾਮਲੇ ਦੇ ਵਿੱਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਸਾਬਕਾ ਮੰਤਰੀ ਡਾਕਟਰ ਦਲਜੀਤ ਚੀਮਾ ਨੇ ਕਿਹਾ ਕਿ ਵਕਫ ਬੋਰਡ ਨੇ ਇਹ ਪੰਜਾਬੀ ਵਿਰੋਧੀ ਫੈਸਲਾ ਸਿਰਫ ਇਸ ਵਾਸਤੇ ਲਿਆ ਕਿ ਪੰਜਾਬ ਤੋਂ ਬਾਹਰ ਲਿਆ ਨੂੰ ਅਡਜਸਟ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਵਕਫ ਬੋਰਡ ਦੇ ਚੇਅਰਮੈਨ ਜੁਨੈਦ ਰਾਜਾ ਖਾਨ ਜੋ ਕਿ ਰਾਮਪੂਰਾ ਦੇ ਰਹਿਣ ਵਾਲੇ ਹਨ ਹਾਲੀ ਦੇ ਵਿੱਚ ਪੰਜਾਬ ਵਕਫ ਬੋਰਡ ਰੈਗੂਲੇਸ਼ਨ 2019 ਦੇ ਵਿੱਚ ਸੋਧ ਕੀਤੀ ਕਿ ਬੋਰਡ ਦੀ ਸਿੱਧੀ ਭਰਤੀ ਲਈ ਪੰਜਾਬੀ ਆਉਂਦੀ ਹੋਣੀ ਲਾਜ਼ਮੀ ਨਹੀਂ ਹੋਵੇਗੀ ਡਾਕਟਰ ਚੀਮਾ ਨੇ ਕਿਹਾ ਕਿ ਚੇਅਰਮੈਨ ਦੇ ਮਨਸੂਬੇ ਇਸ ਗੱਲ ਤੋਂ ਵੀ ਸਪਸ਼ਟ ਹਨ ਕਿ ਬੋਰਡ ਦੇ 10 ਦੇ ਵਿੱਚੋਂ 5 ਮੈਂਬਰਾਂ ਨੇ ਜੁਨਾਇਦ ਅਜ਼ਾਦੀ ਤਜਵੀਜ਼ ਦਾ ਵਿਰੋਧ ਕੀਤਾ ਤੇ ਇਹ ਯਕੀਨੀ ਬਣਾਇਆ ਕਿ ਨਿਜ਼ਮਾ ਦੀ ਤਬਦੀਲੀ ਵੋਟਾਂ ਰਾਹੀਂ ਫੈਸਲਾ ਰਾਹੀਂ ਹੋ ਕੇ ਹੀ ਰੋਕੇਗੀ ਉਹਨਾਂ ਨੇ ਕਿਹਾ ਚੇਅਰਪਰਸਨ ਆਪਣੀਆਂ ਕਾਰਵਾਈਆਂ ਨੂੰ ਇਹ ਕਹਿੰਦੇ ਆ ਜਾਇਜ਼ ਠਹਿਰਾਇਆ ਕਿ ਇਹ ਸੋਧ ਇਸ ਵਾਸਤੇ ਕੀਤੀ ਗਈ ਹੈ ਤਾਂ ਜੋ ਹੋਰਨਾਂ ਰਾਜਾਂ ਤੋਂ ਚੰਗੇ ਉੱਨੀ ਦੁਆਰਾਂ ਨੂੰ ਲਿਆ ਕੇ ਬੋਰਡ ਦੇ ਕੰਮਕਾਜ ਦੇ ਵਿੱਚ ਸੁਧਾਰ ਕੀਤਾ ਜਾ ਸਕੇ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਫੌਜ ਨੇ ਸੰਭਾਲੀਆਂ ਸਰਹੱਦੀ ਚੌਕੀਆਂ ਵਾਧੂ ਟੁਕੜੀਆਂ ਸਾਜ਼ੋ ਸਮਾਨ ਸਮੇਤ ਪੂਰਬੀ ਲਦਾਖ ਲਈ ਰਵਾਨਾ ਪੂਰਬੀ ਲਦਾਖ ਤੇ ਚੀਨ ਦੇ ਨਾਲ ਲਗਾਤਾਰ ਵਧਦੇ ਤਣਾਅ ਦਰਮਿਆਨ ਫੌਜ ਨੇ ਭਾਰਤ-ਤੀਬਤ ਸੀਮਾ ਪੁਲਿਸ ਦੀਆਂ ਸਰਹੱਦੀ ਚੌਕੀਆਂ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਜੀ ਇਸ ਦਰਮਿਆਨ ਕਸ਼ਮੀਰ ਤੋਂ ਫੌਜ ਦੇ ਜਵਾਨਾਂ ਦੀਆਂ ਵਾਧੂ ਟੁਕੜੀਆਂ ਸਾਜ਼ੋ ਸਮਾਨ ਸਮੇਤ ਪੂਰਬੀ ਲਦਾਖ ਲਈ ਰਵਾਨਾ ਹੋ ਗਈਆਂ ਹਨ ਹਵਾਈ ਫੌਜ ਦਾ ਇੱਕ ਏਐਨ 32 ਜਹਾਜ਼ ਸ਼੍ਰੀਨਗਰ ਤੋਂ ਲੇ ਪੁੱਜ ਗਿਆ ਹੈ ਗਲਵਾਨ ਖੇਤਰ ਦੇ ਵਿੱਚ ਨਾਗਰਿਕ ਸੰਚਾਰ ਸੇਵਾ ਨੂੰ ਬੰਦ ਕਰਨ ਦੇ ਨਾਲ ਨਾਲ ਹੀ ਲੇ ਸ਼ਿਗੀ ਦਿਨਗਰ ਰਾਸ਼ਟਰੀ ਮਾਰਗ ਤੇ ਸੂਨ ਮਾਰਗ ਤੋਂ ਅੱਗੇ ਨਾਗਰਿਕ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਫੌਜੀ ਸੂਤਰਾਂ ਨੇ ਦੱਸਿਆ ਕਿ ਗਲਵਾਨਵਾਦੀ ਦੇ ਵਿੱਚ ਸੋਮਵਾਰ ਰਾਤ ਭਾਰਤ ਤੇ ਚੀਨ ਦੇ ਫੌਜੀਆਂ ਵਿੱਚਕਾਰ ਹੋਈ ਝੜਪ ਤੇ ਪਿੱਛੋਂ ਪੂਰਬੀ ਲਦਾਖ ਚ ਫੌਜੀ ਤਣਾਅ ਸਿਖਰ ਤੇ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਪੰਜਾਬ ਦੇ ਵਿੱਚ ਅੱਜ ਬੁੱਧਵਾਰ ਨੂੰ 126 ਨਵੇਂ ਕਰੋਨਾ ਦੀ ਕਰੋਨਾ ਪੀੜਤਾਂ ਦੀ ਹੋਈ ਪੁਸ਼ਟੀ ਪੰਜਾਬ ਦੇ ਵਿੱਚ ਕੱਲ ਬੁੱਧਵਾਰ ਨੂੰ 126 ਨਵੇਂ ਕਰੋਨਾ ਪੀੜਤਾਂ ਦੀ ਪੁਸ਼ਟੀ ਹੋਈ ਜਦਕਿ 3497 ਨਵੇਂ ਮਾਮਲੇ ਆਏ ਇਹਨਾਂ ਦੇ ਵਿੱਚੋਂ 2538 ਠੀਕ ਹੋ ਚੁੱਕੇ ਹਨ ਜਦਕਿ 881 ਮਾਮਲੇ ਇਲਾਜ ਦੇ ਅਧੀਨ ਹਨ ਤੇ ਮੌਤਾਂ ਦੀ ਗਿਣਤੀ 78 ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਚੀਨ ਖਿਲਾਫ ਲਾਮਬੰਦੀ ਵਪਾਰੀਆਂ ਨੇ ਚੀਨ ਖਿਲਾਫ ਕਮਰਕਸੀ ਵਸਤਾਂ ਦਾ ਬਾਈਕਾਟ ਦਾ ਐਲਾਨ ਭਾਰਤ-ਚੀਨ ਸਰਹੱਦ ਤੇ ਚੀਨ ਦੇ ਹਾਲੀਆ ਸੈਨਿਕ ਹਮਲੇ ਖਿਲਾਫ ਭਾਰਤ ਦੇਸ਼ ਅੰਦਰ ਚੀਨ ਖਿਲਾਫ ਗੁੱਸੇ ਦੀ ਲਹਿਰ ਹੈ ਜੀ ਕਈ ਥਾਂ ਚੀਨ ਖਿਲਾਫ ਵਿਰੋਧ ਪ੍ਰਦਰਸ਼ਨਾਂ ਦਾ ਦੌਰ ਵੀ ਸ਼ੁਰੂ ਹੋ ਚੁੱਕਾ ਹੈ ਕਈ ਥਾਂ ਚੀਨੀ ਸਮਾਨ ਦਾ ਬਾਈਕਾਟ ਦੀ ਮੰਗ ਵੀ ਉੱਠਣ ਲੱਗੀ ਹੈ ਆਉਂਦੇ ਸਮੇਂ ਜੇਕਰ ਚੀਨ ਦੇ ਨਾਲ ਟਕਰਾਅ ਵੱਧਦਾ ਹੈ ਤਾਂ ਭਾਰਤ ਅੰਦਰ ਚੀਨੀ ਸਮਾਨ ਦੀ ਖਪਤ ਨੂੰ ਵੱਡਾ ਖੂਰਾ ਲੱਗਣਾ ਲਗਭਗ ਤੈ ਹੈ ਇਸੇ ਦਰਮਿਆਨ ਕਨਫਰਡਰੇਸ਼ਨ ਆਲ ਇੰਡੀਅਨ ਟਰੇਡਰਸ ਨੇ ਵੀ ਚੀਨੀ ਸਮਾਨ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ ਸੀਏਟੀ ਨੇ ਕਰੀਬ 500 ਆਯਾਤ ਵਸਤਾਂ ਦੀ ਸੂਚੀ ਤਿਆਰ ਕੀਤੀ ਹੈ ਜਿਨ੍ਹਾਂ ਦਾ ਮੁਕੰਮਲ ਬਾਈਕਾਟ ਕੀਤਾ ਜਾ ਸਕਦਾ ਹੈ ਚੀਨੀ ਸਮਾਨ ਦੀ ਤਿਆਰ ਸੂਚੀ ਦੇ ਵਿੱਚ ਖੜਾਉਣੇ ਫਾਈਬਰ ਬਿਲਡਰ ਹਾਰਡਵੇਅਰ ਫੋਟウェア ਗਾਰਮੈਂਟ ਰਸੋਈ ਦਾ ਸਮਾਨ ਹੈਂਡਬੈਗ ਭੋਜਨ ਕੜੀਆਂ ਆਦ ਜਿਹੜਾ ਸਮਾਨ ਸ਼ਾਮਲ ਹੈ ਸੋ ਕੋਇੰਟ ਦੇ ਕੌਮੀ ਪ੍ਰਧਾਨ ਬੀਸੀ ਭਾਰਤੀਆ ਤੇ ਜਰਨਲ ਸਕੱਤਰ ਪ੍ਰਵੀਨ ਖੰਡੇਵਾਲ ਦੇ ਅਨੁਸਾਰ ਚੀਨ ਤੋਂ ਭਾਰਤ ਦੀ ਦਰਮਾਦ ਤਕਰੀਬਨ 5.25 ਲੱਖ ਕਰੋੜ ਦੀ ਹੈ ਤੇ ਸਾਲਾਨਾ 70 ਬਿਲੀਅਨ ਡਾਲਰ ਦੇ ਕਰੀਬ ਬਣਦੀ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਫੀਸਾ ਬਾਰੇ ਮਾਨਯੋਗ ਹਾਈ ਕੋਰਟ 18 ਜੂਨ ਨੂੰ ਅੱਜ ਸੁਣਾਏਗੀ ਫੈਸਲਾ ਮੰਤਰੀ ਸਿੰਘਲਾ ਸਕੂਲ ਦੀਆਂ ਫੀਸਾਂ ਸਬੰਧੀ ਜੋ ਵੀ ਫੈਸਲਾ ਆਏਗਾ ਉਹ ਮਾਨਯੋਗ ਹਾਈ ਕੋਰਟ ਤੋ ਅੱਜ ਜਾਏਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹਿਰ ਜਗਰਾਉਂ ਵੀ ਇੱਕ ਸੜਕ ਦਾ ਉਦਘਾਟਨ ਕਰਨ ਪਹੁੰਚੇ ਕੈਬਨਿਟ ਮੰਤਰੀ ਪੰਜਾਬ ਵਿਜੇਂਦਰ ਸਿੰਘਲਾ ਨੇ ਕੀਤਾ ਉਹਨਾਂ ਨੇ ਕਿਹਾ ਜਦੋਂ ਕਰੋਨਾ ਮਹਾਮਾਰੀ ਕਰਕੇ ਲਾਕਡਾਊਨ ਲੱਗ ਗਿਆ ਸੀ ਤਾਂ ਉਦੋਂ ਪੰਜਾਬ ਸਰਕਾਰ ਨੇ ਆਨਲਾਈਨ ਪੜ੍ਹਾਈ ਕਰਵਾਉਣ ਵਾਲੇ ਪ੍ਰਾਈਵੇਟ ਸਕੂਲਾਂ ਨੂੰ ਸਿਰਫ ਟਿਊਸ਼ਨ ਫੀਸ ਲੈਣ ਦੇ ਲਈ ਕਿਹਾ ਸੀ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਬੇਅਦਬੀ ਬਹਿਬਲ ਕਲਾ ਕੇਸ 'ਚ ਬਾਦਲਾਂ ਨੂੰ ਸ਼ਰੇਆਮ ਵਿਚਾਰ ਰਹੀ ਕੈਪਟਨ ਸਰਕਾਰ ਹਰਪਾਲ ਚੀਮਾ ਪੰਜਾਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਅਤੇ ਬਹਿਬਲ ਕਲਾ ਕੋਟਕਪੂਰਾ ਗੋਲੀ ਕਾਣ ਨਾਲ ਸੰਬੰਧਿਤ ਮਾਮਲਿਆਂ ਦੀ ਕੀੜੀ ਦੀ ਚਾਲ ਚੱਲ ਰਹੀ ਜਾਂਚ ਤੇ ਸਵਾਲ ਉਠਾਉਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਗ੍ਰਹਿ ਮੰਤਰੀ ਵੀ ਹਨ ਨੇ ਬਾਦਲ ਪਰਿਵਾਰ ਸਮੇਤ ਕਈ ਹਾਈ ਪ੍ਰੋਫਾਈਲ ਦੋਸ਼ੀਆਂ ਨੂੰ ਬਚਾਉਣ ਲਈ ਜਾਂਚ ਏਜੰਸੀਆਂ ਦੇ ਹੱਥ ਬੰਨ੍ਹ ਰੱਖੇ ਹਨ ਪਾਰਟੀ ਹੈੱਡਕੁਆਰਟਰ ਤੋਂ ਜਾਰੀ ਇੱਕ ਬਿਆਨ ਦੇ ਰਾਹੀਂ ਸੀਨੀਅਰ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚਿਮਨ ਮੁਖ ਬੁਲਾਰੇ ਅਤੇ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਕੁਲਤਾਰ ਸੰਧਵਾ ਅਤੇ ਜੈ ਕਿਸ਼ਨ ਸਿੰਘ ਰੋੜੀ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਐਡਵੋਕੇਟ ਸੁਹਿਲ ਸਿੰਘ ਬਰਾੜ ਨੂੰ ਵੈਬਲ ਕਲਾ ਗੋਲੀकांड ਮਾਮਲੇ 'ਚ ਗ੍ਰਿਫਤਾਰ ਕੀਤੇ ਜਾਣ ਤੇ ਪ੍ਰਤੀਕਰ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜਦ ਤੱਕ ਸਾਨੂੰ ਕਮਰ ਵਿਜੇ ਪ੍ਰਤਾਪ ਸਿੰਘ ਦੀ ਕਾਰਜਸ਼ੈਲੀ ਪਹੁੰਚ ਅਤੇ ਕਾਬਲੀਅਤ ਤੇ ਕੋਈ ਸ਼ੱਕ ਨਹੀਂ ਪਰੰਤੂ ਜਦੋਂ ਮੁੱਖ ਮੰਤਰੀ ਦੇ ਇਸ਼ਾਰੇ ਤੇ ਪੂਰਾ ਨਿظام ਦੋਸ਼ੀਆਂ ਨੂੰ ਬਚਾਉਣ ਅਤੇ ਸਬੂਤਾਂ ਨੂੰ ਮਿਟਾਉਣ ਤੇ ਤੁੱਲਿਆ ਹੋਵੇ ਉੱਥੇ ਕਮਰ ਵਿਜੇ ਪ੍ਰਤਾਪ ਸਿੰਘ ਵਰਗੇ 204 ਅਫਸਰ ਵੀ ਕੀ ਕਰ ਸਕਣਗੇ ਬਲਜਿੰਦਰ ਕੌਰ ਨੇ ਕਿਹਾ ਕਿ ਬਹੁਤ ਵੱਡੇ ਪੱਧਰ ਦੀ ਸਾਜ਼ਿਸ਼ ਅਤੇ ਯੋਜਨਾ ਦੇ ਨਾਲ ਹੋਏ ਇਸ سنگੀਨ ਅਪਰਾਧਾਂ 'ਚੋ ਸੋਹਿਲ ਸਿੰਘ ਬਰਾੜ ਵਰਗੇ ਤਾਂ ਛੋਟੇ ਮੋਟੇ ਪਿਆਦਿਆਂ ਵੱਜੋਂ ਵਰਤੇ ਗਏ ਤੇ ਵਰਤੇ ਜਾ ਰਹੇ ਹਨ ਅਜਿਹੇ ਪਿਆਦੇ ਜੇਕਰ ਜਾਂਚ ਦੀ ਸੂਈ ਬਾਦਲ ਪਰਿਵਾਰ ਜਾਂ ਸੁਮੇਦ ਸਿੰਘ ਸੈਣੀ ਵਰਗੇ ਤਾਕਤਵਰਾਂ ਵੱਲ ਮੋੜਦੇ ਹਨ ਤਾਂ ਸਾਰੀ ਸੱਤਾ ਸ਼ਕਤੀ ਗੁਨਾਹਗਾਰਾਂ ਦੇ ਬਚਾਅ 'ਚੋਂ ਉੱਤਰ ਆਵੇਗੀ ਨਾਬਾ ਦੇਲ 'ਚੋ ਬਿੱਟੂ ਦਾ ਕਤਲ ਅਤੇ ਅਹਿਮ ਗਵਾਹ ਸਰਜੀਤ ਸਿੰਘ ਦੀ ਭੇਦਪਰੀ ਮੌਤ ਤੱਥ ਸਬੂਤ ਮਤਾਉਣ ਵਾਲੀ ਕੜੀ ਦਾ ਹਿੱਸਾ ਹਨ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਕੱਲ ਤੋਂ ਸੇਵਾ ਕੇਂਦਰ 7:30 ਵਜੇ ਤੋਂ ਦੁਪਹਿਰ 3:30 ਵਜੇ ਤੱਕ ਖੁੱਲਣਗੇ ਸੋ ਕੋਰੋਨਾ ਦੇ ਚੱਲਦਿਆਂ ਲਾਕਡਾਊਨ ਦੌਰਾਨ ਨਵਾਂ ਸ਼ਹਿਰ ਪ੍ਰਸ਼ਾਸਨ ਨੇ ਲੋਕਾਂ ਲਈ ਸਹੂਿਦਤਾਂ ਕੇਂਦਰਾਂ ਦਾ ਸਮਾਂ ਉਸ ਦੇ ਵਿੱਚ ਤਬਦੀਲੀ ਕਰ ਦਿੱਤੀ ਹੈ ਜੀ ਨਵਾਂ ਸ਼ਹਿਰ ਡੀਸੀ ਸੇਨਾ ਅਗਰਵਾਲ ਦੇ ਹੁਕਮ ਅਨੁਸਾਰ ਹੁਣ ਸੇਵਾ ਕੇਂਦਰ 7:30 ਵਜੇ ਤੋਂ ਦੁਪਹਿਰ 3:30 ਵਜੇ ਤੱਕ ਕੰਮ ਕਰਨਗੇ ਜਨਤਕ ਸਹੂਲਤਾਂ ਲਈ ਸੇਵਾ ਕੇਂਦਰ ਤੋਂ ਪਹਿਲਾਂ ਤੋਂ ਸਮੇਂ ਨੂੰ ਲੈ ਕੇ ਕੰਮ ਕਰਵਾਇਆ ਜਾ ਰਿਹਾ ਹੈ। ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਫੌਜੀਆਂ ਦੀ ਸ਼ਹਾਦਤ ਤੇ ਪੰਜਾਬ ਚ ਫੁੱਟਿਆ ਗੁੱਸਾ ਚੀਨੀ ਸਮਾਨ ਦਾ ਬਾਈਕਟ ਕਰਨ ਦੀ ਅਪੀਲ। ਲਦਾਖ ਸਰਹੱਦ ਤੇ ਗਲਵਾਨ ਕਾਟੀ ਚੂ ਭਾਰਤ-ਚੀਨ ਫੌਜ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਗਲਵਾਨ ਕਾਟੀ ਅਤੇ ਭਾਰਤੀ-ਚੀਨ ਫੌਜ ਵਿਚਾਲੇ ਹੋਈ ਹਿੰਸਕ ਝੜਪ ਦੇ ਦੌਰਾਨ 20 ਫੌਜੀਆਂ ਦੀ ਸ਼ਹਾਦਤ ਦੇ ਨਾਲ ਦੇਸ਼ ਦੇ ਵਿੱਚ ਰੋਸ ਪਾਇਆ ਜਾ ਰਿਹਾ ਜੋ ਕਿ ਪੰਜਾਬ ਦੇ ਵਿੱਚ ਵੀ ਨਜ਼ਰ ਆ ਰਿਹਾ ਤੇ ਚੀਨ ਦੀ ਇਸ ਕਾਇਰਤਾ ਭਰੀ ਹਰਕਤ ਤੇ ਰੋਸ ਪ੍ਰਗਟਾਉਂਦਿਆ ਪਠਾਨਕੋਟ ਦੇ ਵਿੱਚ ਭਾਜਪਾ ਦੇ ਓਬੀਸੀ ਸੈਲਰ ਦੀ ਟੀਮ ਨੇ ਸੜਕਾਂ ਤੇ ਉਤਰ ਕੇ ਚੀਨ ਖਿਲਾਫ ਰੋਸ ਮੁਜ਼ਾਹਰਾ ਕੀਤਾ ਤੇ ਉਹਨਾਂ ਨੇ ਭਾਰਤੀ ਫੌਜ ਜਿੰਦਾਬਾਦ ਦੇ ਨਾਅਰੇ ਲਾਏ ਤੇ ਚੀਨੀ ਫੌਜ ਦਾ ਪੁਤਲਾ ਵੀ ਸਾੜਿਆ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਪੰਜਾਬ ਦੀਆਂ ਪੰਚਾਇਤੀ ਰਾਜ ਸੰਸਥਾਵਾਂ ਨੇ ਜਿੱਤੇ 13 ਕੌਮੀ ਪੁਰਸਕਾਰ ਤ੍ਰਿਪਤ ਬਾਜਵਾ ਦੇ ਵੱਲੋਂ ਵਧਾਈ ਸੂਬੇ ਦੀ ਇੱਕ ਜ਼ਿਲ੍ਹਾ ਪ੍ਰੀਸ਼ਦ, ਦੋ ਬਲਾਕ ਸਮਤੀਆਂ, ਨੌ ਪੰਚਾਇਤਾਂ, ਇੱਕ ਗ੍ਰਾਮ ਸਭਾ ਨੂੰ ਮਿਲੇਗੀ 5 ਤੋਂ 50 ਲੱਖ ਰੁਪਏ ਦੀ ਇਨਾਮੀ ਰਾਸ਼ੀ। ਕੇਂਦਰ ਸਰਕਾਰ ਨੇ ਛਲਾਂਗਾ ਜੋਗ ਪ੍ਰਾਪਤੀਆਂ ਵਾਲੀਆਂ ਪੰਚਾਇਤੀ ਰਾਜ ਸੰਸਥਾਵਾਂ ਦੀ ਸਾਲ 2018-19 ਦੇ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੀਆਂ ਦੋ ਬਲਾਕ ਸਮਤੀਆਂ, ਨੌ ਪੰਚਾਇਤਾਂ, ਇੱਕ ਗ੍ਰਾਮ ਸਭਾ ਤੇ ਇੱਕ ਜ਼ਿਲ੍ਹਾ ਪ੍ਰੀਸ਼ਦ ਨੂੰ ਇਹਨਾਂ ਰਾਸ਼ਟਰੀ ਪੁਰਸਕਾਰਾਂ ਦੇ ਲਈ ਚੋਣ ਕੀਤੀ ਗਈ ਹੈ ਤੇ ਭਾਰਤ ਸਰਕਾਰ ਨੇ ਪੰਚਾਇਤੀ ਰਾਜ ਮੰਤਰਾਲੇ ਦੇ ਵੱਲੋਂ ਵਧੀਆ ਕਾਰਗੁਜ਼ਾਰੀ ਅਤੇ ਪਿੰਡਾਂ ਦੇ ਵਿਕਾਸ ਦੇ ਵਿੱਚ ਚੰਗਾ ਯੋਗਦਾਨ ਪਾਉਣ ਵਾਲੀਆਂ ਪੰਚਾਇਤਾਂ ਨੂੰ ਪੰਚਾਇਤੀ ਦਿਵਸ 24 April ਨੂੰ ਇਨਾਮ ਰਾਸ਼ੀ ਰਾਹੀਂ ਸਨਮਾਨਿਤ ਕੀਤਾ ਸੀ ਪਰ ਇਸ ਸਾਲ ਕੋਵਿਡ 19 ਚ ਇਹਨਾਂ ਰਾਸ਼ਟਰੀ ਪੁਰਸਕਾਰਾਂ ਦਾ ਐਲਾਨ 16 June 2020 ਨੂੰ ਕੀਤਾ ਗਿਆ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਕਰੋਨਾ ਪੋਜ਼ਿਟਿਵ ਨੌਜਵਾਨ ਹੋਇਆ ਗਾਇਬ ਪ੍ਰਸ਼ਾਸਨ ਨੂੰ ਪਈਆਂ ਪਾਜੜਾ ਸੋ ਰਾਏਕੋਡ ਨੇੜਲੇ ਪਿੰਡ ਤਲਵੰਡੀ ਰਾਏ ਦਾ ਇੱਕ ਨੌਜਵਾਨ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਉਣ ਤੋਂ ਬਾਅਦ ਉਕਤ ਨੌਜਵਾਨ ਘਰੋਂ ਗਾਇਬ ਹੈ ਜਿਸ ਕਾਰਨ ਰਾਏਕੋਡ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਹੱਥਾਂ ਦੀ ਪੈ ਗਈ ਹੈ ਇਸ ਸਬੰਧੀ ਡੀਐਸਪੀ ਰਾਏਕੋਡ ਸੁੰਖਾ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਉਕਤ ਨੌਜਵਾਨ ਦੀ ਪਾਲ ਅਤੇ ਸਿਹਤ ਅਤੇ ਪੁਲਿਸ ਦੀਆਂ ਟੀਮਾਂ ਰਵਾਨਾ ਹੋ ਗਈਆਂ ਹਨ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਦੇਸ਼ ਦੀ ਪ੍ਰਭੂ ਸੱਤਾ ਦੀ ਰਾਖੀ ਲਈ ਟੁਕਮੀ ਕਾਰਵਾਈ ਕੀਤੀ ਜਾਵੇ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਕਿਹਾ ਕਿ ਭਾਰਤ ਦੀ ਅਖੰਡਤਾ ਤੇ ਪ੍ਰਭੂ ਸੱਤਾ ਦੀ ਰਾਖੀ ਲਈ ਦੇਸ਼ ਨੂੰ ਟੁਕਵੇਂ ਕਦਮ ਚੁੱਕਣੇ ਚਾਹੀਦੇ ਹਨ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਚੀਨ ਦੀ ਘੁਸਪੈਠ ਖਿਲਾਫ ਭਾਰਤੀ ਖੇਤਰ ਦੀ ਰੱਖਿਆ ਕਰਨ ਵੇਲੇ ਇਸ ਦੇ ਸੈਨਿਕਾਂ ਲਈ ਸ਼ਹਾਦਤ ਅਜਾਈ ਨਹੀਂ ਜਾਣੀ ਚਾਹੀਦੀ ਚੀਨ ਦੇ ਵੱਲੋਂ ਲਦਾਖ ਦੇ ਵਿੱਚ ਗਲਵਾਨ ਕਾਟੀ ਤੇ ਆਪਣਾ ਹੱਕ ਜਤਾਉਣ ਦੇ ਯਤਨਾਂ ਦੇ ਨਾਲ ਆਸਹਿਣ ਜੋਗ ਕਰਾਰ ਦਿੰਦੇ ਆ ਸ਼ਨੂਮਨੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦੇਸ਼ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਚੀਨ ਦਾ ਦੁਬਾਰਾ ਭਾਰਤ ਸਰਹੱਦ ਤੇ ਮੌਜੂਦਾ ਸਥਿਤੀ ਨੂੰ ਤਬਦੀਲ ਕਰਨ ਦੀ ਜ਼ਰੂਰਤ ਨਾ ਪਵੇ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਜੂਪੀ ਦੇ ਅਮਰੋਹਾ ਚੂਮਾ ਮੂਲੀ ਵਿਵਾਦ ਤੇ ਸਿੱਖ ਨੌਜਵਾਨ ਦੀ ਕੁੱਟਮਾਰ ਸਿੱਖਾਂ ਦੇ ਵੱਲੋਂ ਭਾਵੇਂ ਦੁਨੀਆ ਭਰ ਦੇ ਵਿੱਚ ਅੱਗੇ ਹੋ ਕੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਸਿੱਖਾਂ ਤੇ ਹਮਲਿਆਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਜੀ ਤਸਵੀਰਾਂ ਉੱਤਰ ਪ੍ਰਦੇਸ਼ ਦੇ ਅਮਰੂਹਾ ਦੇ ਵਿੱਚ ਪੈਂਦੇ ਪਿੰਡ ਸ਼ੇਰਪੁਰ ਦੀ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੀ ਦਸਤਾਰ ਲਾ ਕੇ ਨਾਲੀ ਦੇ ਵਿੱਚ ਸੁੱਟ ਦਿੱਤੀ ਲੋਕਾਂ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਦਰਅਸਲ ਪਿੰਡ ਦਾ ਇੱਕ ਨੌਜਵਾਨ ਮੇਥਾ ਲੈ ਕੇ ਜਾ ਰਿਹਾ ਸੀ ਇਸ ਕਾਰਨ ਦੂਜੇ ਪਾਸੋਂ ਆ ਰਹੇ ਸਿੱਖ ਨੌਜਵਾਨ ਨੇ ਉਸ ਦਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਇਸ ਤੇ ਸਿੱਖ ਨੌਜਵਾਨ ਨੇ ਦੂਜੇ ਨੌਜਵਾਨ ਤੇ ਕਥਿਤ ਇਸ ਤੇ ਸਿੱਖ ਨੌਜਵਾਨ ਨੇ ਦੂਜੇ ਨੌਜਵਾਨ ਤੇ ਕਥਿਤ ਤੌਰ ਤੇ ਦਾਤੀ ਨਾਲ ਹਮਲਾ ਕਰ ਦਿੱਤਾ ਇਸ ਤੋਂ ਮਗਰੋਂ ਜ਼ਖਮੀ ਹੋਏ ਨੌਜਵਾਨ ਨੇ ਫੋਨ ਕਰਕੇ ਆਪਣੇ ਹੋਰ ਸਾਥੀਆਂ ਨੂੰ ਮੌਕੇ ਤੇ ਬੁਲਾ ਲਿਆ ਜਿਨ੍ਹਾਂ ਦੇ ਸਿੱਖ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਸ ਦੀ ਪਗੜੀ ਉਤਾਰ ਕੇ ਨਾਲੀ ਦੇ ਵਿੱਚ ਸੁੱਟ ਦਿੱਤੀ ਪੀੜਤ ਸਿੱਖ ਨੌਜਵਾਨ ਨੇ ਇਸ ਮਾਮਲੇ ਨੂੰ ਲੈ ਕੇ ਥਾਣੇ ਦੇ ਵਿੱਚ ਰਿਪੋਰਟ ਦਰਜ ਕਰਵਾਈ ਜਿਸ ਤੋਂ ਬਾਅਦ ਥਾਣਾ ਮੰਡੀ ਤਨਹੋਰਾ ਦੇ ਮੁਖੀ ਸਰਵਿੰਦਰ ਸ਼ਰਮਾ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਨਾਲੀ ਦੇ ਵਿੱਚ ਡਿੱਗੀ ਪਾਗ ਨੂੰ ਬਾਹਰ ਕਢਵਾਇਆ ਤੇ ਕੋਟ ਮਾਰ ਤੇ ਪਗੜੀ ਉਤਾਰਨ ਨੂੰ ਲੈ ਕੇ ਸਥਾਨਕ ਸਿੱਖ ਭਾਈਚਾਰੇ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਤੇ ਇਸ ਰੋਸ ਦੇ ਵਜੋਂ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੇ ਜਿੱਤੇ ਥਾਣਾ ਮੁਖੀ ਦੇ ਨਾਲ ਮੁਲਾਕਾਤ ਕੀਤੀ ਉੱਥੇ ਹੀ ਦੋਚੀ ਨੌਜਵਾਨ ਵਿਰੋਧ ਕਾਰਵਾਈ ਦੀ ਮੰਗ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਮੁਲਾਜ਼ਮ ਦੇ ਕਰੋਨਾ ਪੋਜ਼ਿਟਿਵ ਆਣ ਦੇ ਮਗਰੋਂ ਪੀਐਨਬੀ ਦੀ ਬ੍ਰਾਂਚ ਸੀਲ ਮੰਗਲਵਾਰ ਨੂੰ ਜ਼ਿਲ੍ਹਾ ਦੇ ਕਰੋਨਾ ਪੋਜ਼ਿਟਿਵ ਆਏ ਮਰੀਜ਼ਾਂ ਦੇ ਵਿੱਚ ਬੈਂਕ ਮੁਲਾਜ਼ਮ ਦੇ ਪੋਜ਼ਿਟਿਵ ਆਉਣ ਦੇ ਮਗਰੋਂ ਪੀਐਨਬੀ ਦੀ ਰੇਲਵੇ ਸਟੇਸ਼ਨ ਰੋਡ ਬ੍ਰਾਂਚ ਨੂੰ ਸੀਲ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਬੈਂਕ ਦੇ ਹੋਰਨਾ ਮੁਲਾਜ਼ਮਾਂ ਤੇ ਉਸ ਦੇ ਨਾਲ ਸਬੰਧਤ ਗਾਹਕਾਂ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਜੀ ਜ਼ਿਕਰਯੋਗ ਹੈ ਕਿ ਕੱਲ 38 ਮਾਮਲੇ ਪੋਜ਼ਿਟਿਵ ਆਏ ਸਨ ਜਿਨ੍ਹਾਂ ਦੇ ਮਗਰੋਂ ਜ਼ਿਲ੍ਹੇ ਦੇ ਵਿੱਚ دہشت ਦਾ ਮਾਹੌਲ ਹੈ ਅਗਲੀ ਖਬਰ ਆ ਰਹੀ ਹੈ ਜੀ ਬਹਿਬਲ ਕਲਾ ਮਾਮਲੇ 'ਚੋਂ ਗ੍ਰਿਫਤਾਰ ਕੀਤੇ ਸੁਹੇਲ ਸਿੰਘ ਬਰਾੜ ਨੂੰ 4 ਦਿਨਾਂ ਦੇ ਪੁਲਿਸ ਰਿਮਾਨਡ ਤੇ ਭੇਜਿਆ 215 ਦੇ ਵਿੱਚ ਵਾਪਰੀ ਬਹਿਬਲ ਗਲਾ ਕਲਾ ਗੋਲੀकांड ਮਾਮਲੇ ਦੇ ਵਿੱਚ ਇੱਕ ਵੱਡੀ ਸਫਲਤਾ ਦਰਜ ਕਰਦਿਆਂ ਇਸ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਵੱਲੋਂ ਬੁੱਧਵਾਰ ਨੂੰ ਇਸ ਕੇਸ ਦੇ ਵਿੱਚ ਦੂਜੀ ਗ੍ਰਿਫਤਾਰੀ ਕੀਤੀ ਗਈ ਹੈ ਜੇ ਪੁਲਿਸ ਦੇ ਵੱਲੋਂ ਫਰੀਦਕੋਟ ਦੇ ਰਹਿਣ ਵਾਲੇ ਵਿਅਕਤੀ ਨੂੰ ਝੂਠੇ ਸਬੂਤ ਕੜਨ ਦੇ ਅਤੇ ਦੋਸ਼ੀ ਪੁਲਿਸ ਅਧਿਕਾਰੀ ਚਰਨਜੀਤ ਸਿੰਘ ਸ਼ਰਮਾ ਜੋ ਕਿ ਉਸ ਸਮੇਂ ਐਸਐਸਪੀ ਮੋਗਾ ਦੇ ਵੱਜੋਂ ਤਾਇਨਾਤ ਸਨ ਨਾਲ ਮਿਲੀ ਭੁਗਤਤੇ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ ਸ਼ਰਮਾ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਕੇਸ ਦੇ ਵਿੱਚ ਚਾਰਜ ਸ਼ੀਟ ਕੀਤਾ ਗਿਆ ਸੀ ਪਰ ਉਸ ਦੀ ਸਿਹਤ ਸਥਿਤੀ ਦੇ ਆਧਾਰ ਤੇ ਹਾਈ ਕੋਰਟ ਦੇ ਵੱਲੋਂ ਅੰਤ੍ਰਿਮ ਜ਼ਮਾਨਤ ਤੇ ਬਾਰ ਹੈ ਦੂਜੀ ਗ੍ਰਿਫਤਾਰੀ ਦਾ ਵੇਰਵਾ ਦਿੰਦਿਆਂ ਵਿਸ਼ੇਸ਼ ਜਾਂਚ ਟੀਮ ਦੇ ਮੁਖ ਜਾਂਚ ਅਧਿਕਾਰੀ ਕਮਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਮੁੱਲਜਮ সোহੇਲ ਸਿੰਘ ਬਰਾੜ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਹੈ ਮੋਡਲੀ ਪੜਤਾਲ ਤੋਂ ਪਤਾ ਲੱਗਾ ਕਿ ਸ਼ਰਮਾ ਦੇ ਕਰੀਬੀ ਵਕੀਲ ਬਰਾੜ ਦੇ ਘਰ ਸ਼ਰਮਾ ਤੇ ਉਸ ਸਮੇਂ ਦੇ ਹੋਰ ਭ੍ਰਸ਼ਟ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਦੇ ਲਈ ਪੂਰੀ ਸਾਜ਼ਿਸ਼ ਘੜੀ ਸੀ ਬਰਾੜ ਨੇ ਕਥਿਤ ਤੌਰ ਤੇ ਪੁਲਿਸ ਅਧਿਕਾਰੀਆਂ ਨੂੰ ਉਸ ਦੀ ਰਹਾਇਸ਼ੀ ਜਗ੍ਹਾ ਤੇ ਉਸਤੇ 12 ਬੋਰ ਦੀ ਬੰਦੂਕ ਦੇ ਕੇ ਸ਼ਰਮਾ ਦੀ ਪਾਇਲਟ ਜਿਪਸੀ ਤੇ ਗੋਲੀਆਂ ਚਲਾਉਣ ਦੇ ਵਿੱਚ ਮਦਦ ਕੀਤੀ ਜਿਸ ਨੇ ਦਾਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਦੀ ਭੀੜ ਦੁਆਰਾ ਜਿਪਸੀ ਤੇ ਗੋਲੀਆਂ ਚਲਾਉਣ ਤੋਂ ਬਾਅਦ ਹੀ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਦਿੱਲੀ ਦੇ ਵਿੱਚ ਕਰੋਨਾ ਦੇ ਰਿਕਾਰਡ 2414 ਨਵੇਂ ਮਾਮਲੇ ਤੇ 68 ਮੌਤਾਂ ਰਾਜਸਤਾਨੀ ਦਿੱਲੀ ਦੇ ਵਿੱਚ ਕਰੋਨਾ ਵਾਇਰਸ ਦੇ ਪਿਛਲੇ 24 ਘੰਟਿਆਂ ਦੇ ਵਿੱਚ ਤਬਾਹੀ ਬਣ ਕੇ ਟੁੱਟਿਆ ਹੈ ਜੀ 2414 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਕੁੱਲ ਪੀੜਤਾਂ ਦੀ ਗਿਣਤੀ 47000 ਤੋਂ ਪਾਰ ਹੋ ਗਈ ਹੈ ਇਸ ਦੌਰਾਨ ਕੋਵਿਡ 19 ਦੇ 68 ਮਰੀਜ਼ਾਂ ਦੀ ਮੌਤ ਵੀ ਹੋ ਗਈ ਹੈ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਦੇਸ਼ ਤੋਂ ਚੀਨੀ ਰਾਸ਼ਟਰਪਤੀ ਦੀਆਂ ਤਸਵੀਰਾਂ ਸਾਰੀਆਂ ਗੈਜ਼ਟ ਤੋਲੇ ਲਦਾਖ ਦੇ ਵਿੱਚ ਚੀਨੀ ਫੌਜੀਆਂ ਦੀ ਹਿਕਮਤ ਦੇ ਖਿਲਾਫ ਭਾਰਤ ਚੂਹ ਪਾਰੀ ਰੋਸ ਨਜ਼ਰ ਆ ਰਿਹਾ ਜੀ ਹੁਣ ਦੇਸ਼ ਚ ਲੋਕ ਸੜਕਾਂ ਤੇ ਉਤਰਾ ਹੋਇਆ ਨਾ ਤੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ ਰਾਜਸਥਾਨੀ ਦਿੱਲੀ ਉੱਤਰ ਪ੍ਰਦੇਸ਼ ਗੁਜਰਾਤ ਸਮੇਤ ਤਮਾਮ ਸੂਬਿਆਂ ਦੇ ਵਿੱਚ ਕਈ ਸ਼ਹਿਰਾਂ 'ਚੋਂ ਪ੍ਰਦਰਸ਼ਨ ਦੌਰ ਜਾਰੀ ਹੈ ਬੰਗਾਲ ਦੇ ਉੱਤਰੀ ਜ਼ਿਲ੍ਹੇ 'ਚ ਵੱਖ-ਵੱਖੇ ਇਲਾਕਿਆਂ 'ਚ ਸੈਂਕੜੇ ਲੋਕਾਂ ਨੇ ਭਾਰਤੀ ਨੌਜਵਾਨਾਂ ਦੇ ਲਈ ਨਿਆਂ ਦੀ ਅਪੀਲ ਕਰਦੇ ਅਤੇ ਵਿਰੋਧ ਪ੍ਰਦਰਸ਼ਨ ਕੀਤਾ। ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਨੇ ਹਿੰਸਕ ਰੂਪ ਲੈ ਲਿਆ। ਚੀਨ ਦੇ ਖਿਲਾਫ ਪ੍ਰਦਰਸ਼ਨ ਕੀਤੇ ਗਏ ਅਤੇ ਚੀਨ ਦੇ ਮੁਰਾਦਾਬਾਦ ਦੇ ਵਿੱਚ ਨਾਅਰੇ ਵੀ ਲਾਏ। ਸੜਕਾਂ 'ਤੇ ਭੜਕੇ ਲੋਕਾਂ ਨੇ ਚੀਨ ਦੇ ਗੈਜ਼ਟ ਵੀ ਤੋੜੇ। ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੇ ਬਿਜਲੀ ਬਿੱਲਾਂ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਨੇ ਦਫ਼ਤਰਾਂ ਦਾ ਘਰਾਉ ਕਰੇਗੀ। ਆਮ ਆਦਮੀ ਪਾਰਟੀ ਸੋ ਇਸ ਵੇਲੇ ਦੀ ਬਿਜਲੀ ਬਿੱਲਾਂ ਤੇ ਵੱਡੀ ਖਬਰ ਆ ਜੀ ਹੱਦੋਂ ਵੱਧ ਮਹਿੰਗੀ ਬਿਜਲੀ ਤੇ ਲਾਕਡਾਊਨ ਦੌਰਾਨ ਥੂਪੇ ਜਾ ਰਹੇ ਬਿੱਲਾਂ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ 18 ਤੇ 19 ਜੂਨ ਨੂੰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਦਾ ਘਰਾਓ ਕਰੇਗੀ ਤੇ ਲਾਕਡਾਊਨ ਸਮੇਂ ਦੌਰਾਨ ਬਿੱਲਾਂ ਨੂੰ ਛੋੜ ਦੇਣ ਦੇ ਲਈ ਮੰਗ ਪੱਤਰ ਸੌਪੇਗੀ ਇਹ ਐਲਾਨ ਚੰਡੀਗੜ੍ਹ ਤੋਂ ਪਾਰਟੀ ਦੇ ਟ੍ਰੇਡ ਅਤੇ ਇੰਡਸਟਰੀਜ਼ ਵਿੰਗ ਦੇ ਅਹੁਦੇਦਾਰਾਂ ਦੇ ਨਾਲ ਮੀਟਿੰਗ ਕਰਨ ਉਪਰੰਤ ਪਾਰਟੀ ਦੇ ਵਿਧਾਇਕ ਅਤੇ ਬਿਜਲੀ ਮੋਰਚੇ ਦੇ ਇੰਚਾਰਜ ਮੀਤ ਹੇਰ ਨੇ ਕੀਤਾ ਇਸ ਮੌਕੇ ਉਹਨਾਂ ਦੇ ਟ੍ਰੇਡ ਵਿੰਗ ਦੇ ਸੂਬਾ ਪ੍ਰਧਾਨ ਨੀਨਾ ਮਿੱਤਲ ਅਤੇ ਉਪ ਪ੍ਰਧਾਨ ਅਨਿਲ ਠਾਕਰੇ ਵੀ ਮੌਜੂਦ ਸਨ ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਆਮ ਅਤੇ ਖਾਸ ਖਬਰਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਨਵੇਂ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ